न्याणे बीमार होंगे डिगदे ते सरकार कुछ भी नहीं करती ते सरकार सरकार दा ध्यान नहीं है। वो तो किन्ने चिर दी समस्या चल रही है जिहड़ी है, ये वाह साल दी चल रही है। ते कोई पिंड दे मौत पर किसी ने इहदे वल ख्याल नहीं किया, की कहना चाहुंदे आपां नूं सरकारां नूं की अपील करदे आ? सरकार नूं इत्थे कुछ भी नहीं पता भी इत्थे की हुंदा, न्याणे बीमार हुंदे आ ते सानूं रोज़ इत्थों पानी थानी लंघ के आउणा पैंदा वा। सरकार दा इहदे वल हल नहीं ध्यान नहीं हैगा ਤਾਂ ਬਹੁਤ ਸਾਰੇ ਬੱਚੇ ਡਿੱਗਦੇ ਵੀ ਆ, ਸਾਡੇ ਪੈਰ ਵੀ ਖਰਾਬ ਹੋ ਜਾਂਦੇ ਆ। ਤੇ ਕੀ ਸਰਕਾਰ ਨੂੰ ਕੀ ਅਪੀਲ ਕਰਦੇ ਤੁਸੀਂ ਵੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ? ਕਿਹੜੀ ਕਲਾਸ ਦੇ ਵਿਦਿਆਰਥੀ ਨੂੰ ਪਤਾ? 8 ਸਾਡੇ ਇੱਥੋਂ ਪਾਣੀ ਦਾ ਹਜੇ ਤੱਕ ਵਿਕਾਸ ਨਹੀਂ ਆਇਆ, ਛੱਪੜ ਪੂਰਾ ਫੁੱਲ ਆ। ਜਦੋਂ ਮੀਂਹ ਆਉਂਦਾ ਵਾ ਸਾਰਾ ਪਾਣੀ ਇੱਥੇ ਆ ਜਾਂਦਾ ਵਾ, ਤੇ ਫਿਰ ਸਾਨੂੰ ਰੋਜ਼ ਬੂਟ ਗਿੱਲੇ ਕਰ ਕਰ ਵਿੱਚੋਂ ਦੀ ਲੰਘਣਾ ਪੈ ਰਿਹਾ। ਇੰਨਾ ਨਹੀਂ ਜੇ ਹੁਣ ਆਪਾਂ ਕਹਿ ਸਕਦੇ ਹਾਂ ਪਾਣੀ ਦੇ ਵਿੱਚੋਂ ਰੋਜ਼ ਲੰਘ ਕੇ ਸਕੂਲੇ ਆਪਾਂ ਜਾ ਰਹੇ ਨੇ, ਕੋਈ ਇੱਥੇ ਪਾਣੀ ਵੱਲ ਹਜੇ ਤੱਕ ਕਿਸੇ ਦਾ ਧਿਆਨ ਨਹੀਂ। ਕੋਈ ਬਿਮਾਰੀਆਂ ਬੁਰੀਆਂ ਫੈਲਾ ਫੂਲ ਦਾ ਖਤਰਾ ਬਣਿਆ ਆ? ਹਾਂਜੀ। ਕੀ ਆ ਸਾਡੇ ਇੱਥੇ ਮੱਛਰ ਵੀ ਇਦਾਂ ਬਹੁਤ ਪੈ ਰਿਹਾ ਵਾ, ਇੱਥੇ ਸਾਡੇ ਪੈਰ ਵੀ ਖਰਾਬ ਹੋ ਰਹੇ ਨੇ। ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ? ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਇੱਥੇ ਪਾਣੀ ਦਾ ਵਿਕਾਸ ਕੀਤਾ। ਛੱਪੜ ਦਾ 4-5 ਸਾਲ ਹੋਏ ਆ, ਇਹਦਾ ਕੋਈ ਨਿਕਾਸ ਹੀ ਨਹੀਂ ਆ। ਜਿਹੜਾ ਕੋਈ ਵੀ ਸਰਕਾਰ ਆਉਂਦੀ ਆ ਦਾਵਾ ਕਰ ਜਾਂਦੇ ਆ ਅਸੀਂ ਆਉਂ ਕਰਾਂਗੇ ਜਾਉ ਕਰਾਂਗੇ, ਪਰ ਸਾਨੂੰ ਕੁਝ ਨਹੀਂ ਦਿੱਤਾ। ਸਾਨੂੰ ਇਹੋ ਹੀ ਦਿੱਤਾ ਜੇ ਮੱਛਰ ਤੇ ਪਾਣੀ ਆ ਲਾਗੇ ਚਾਗੇ ਦੇ ਸਾਡੇ ਬੱਚੇ ਵੀ ਬਿਮਾਰ ਆ, ਮਤਲਬ ਮੱਛਰ ਕਾਰਨ ਜਿਹਨੂੰ ਮੱਛਰ ਵੱਢਦਾ ਬਿਮਾਰੀ ਫੈਲਣਦੀ ਆ। ਬੜਿਆ ਜਾਣਿਆਂ ਨੂੰ ਕਿਹਾ ਸਰ ਇਹ ਕੋਈ ਵੀ ਮਸਲਾ ਨਹੀਂ ਹੱਲ ਕਰਦਾ, ਜਿਹੜਾ ਆਉਂਦਾ ਉਹ ਹੀ ਇਹ ਗੱਲ ਕਹਿੰਦਾ ਕਿ ਮੈਂ ਕਰਾਂਗਾ। ਪਿਛਲੀ ਸਰਕਾਰ ਵੇਲੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਪਿਛਲੀ, ਹਾਂਜੀ ਪਿਛਲੀ ਸਰਕਾਰ ਵੇਲੇ ਕਰੋੜਾਂ ਰੁਪਈਆਂ ਦੀਆਂ ਗ੍ਰਾਂਟਾਂ ਆਈਆਂ, ਕੁਛ ਵੀ ਇਹ ਛੱਪੜ ਤੇ ਕੁਛ ਵੀ ਨਹੀਂ ਲੱਗਾ ਇਹਦੀ, ਸਰ ਮਾੜੀ ਮੋਟੀ ਸਫਾਈ ਕਰਵਾ ਕੇ ਚਲੋ ਜੀ ਇਹ ਹੋ ਗਿਆ ਜੀ, ਹੋ ਗਿਆ ਛੱਪੜ ਸਾਫ਼ ਹੋ ਗਿਆ, ਕੁਛ ਨਹੀਂ। ਪਰ ਫਿਰ ਇਸੇ ਸਾਨੂੰ ਇਹੋ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ। ਸਾਡੇ ਨਿੱਕੇ ਨਿੱਕੇ ਬੱਚੇ ਆ ਸਕੂਲਾਂ 'ਚ ਜਾਂਦੇ ਆ, ਉਹ ਵੀ ਵਿਚਾਰੇ ਇੱਥੇ ਇਸ ਗੰਦੇ ਪਾਣੀ ਥਾਣੀ ਲੰਘਦੇ, ਬਿਮਾਰੀਆਂ ਦੀ ਜਿਹੜੀਆਂ ਨਾ ਭੁਗਦੇ ਨੇ, ਨਰਕ ਭਰੀ ਜ਼ਿੰਦਗੀ ਭੁਗਦੇ ਆ ਸਾਰੇ। ਇਹ ਬਾਬੇ ਰਾਊ ਜੀ ਦੀ ਜਗ੍ਹਾ ਜਿਨ੍ਹਾਂ ਦੇ ਨਾਂ ਤੇ ਪਿੰਡ ਵਸਿਆ ਬਾਬਾ ਰਾਊ ਜੀ। ਆਹ ਵੇਖੋ ਸਰ ਮੇਰੇ ਹੱਥ ਮੰਡਲ ਆ, ਮੈਂ ਨਾਣੀ ਆਉਂਦਾ ਮੱਥਾ ਟੇਕਣ ਆਇਆ ਤੇ ਮੰਮੀ ਇੱਕ ਹਿਸਾਬ ਨਾਲ ਨਰਕ ਥਾਣੀ ਲੰਘ ਕੇ ਜਾਂਦੇ ਆ। ਆ ਤੁਸੀਂ ਵੇਖ ਸਕਦੇ ਜੇ ਮਹਾਰਾਜ ਬੱਚੇ ਜਦੋਂ ਲੰਘਦੇ ਆ ਬੜੀ ਮੁਸ਼ਕਲ ਹੁੰਦੀ ਆ ਭਾਜੀ। ਆਹ ਵੇਖੋ ਹਜੇ ਤੇ ਪੈਰ ਵੀ ਗੰਦੇ ਆ, ਤਾਂ ਨੂੰ ਕਰਕੇ ਨੰਗੀ ਦਾ ਜਿਹਨੇ ਵੀ ਪਿੰਡ ਦੇ ਸਰਪੰਚ ਬਣੇ ਆ ਜਿਹਨੇ ਵੀ ਪਿੰਡ ਦੇ ਉਹ ਬਣੇ ਆ ਕਿਸੇ ਨੇ ਕੁਛ ਨਹੀਂ ਕੀਤਾ ਭਾਜੀ। ਉਹ ਛੱਪੜ ਵੱਲ ਤੁਸੀਂ ਵੇਖ ਸਕਦੇ ਕੀ ਬਣਦਿਆ ਭਾਜੀ। ਆਹ ਵੇਖੋ ਲੰਘਣਾ ਮੁਸ਼ਕਲ ਹੋਇਆ ਇੱਥੋਂ ਦਾ। ਅਸੀਂ ਤੇ ਸਰਕਾਰ ਨੂੰ ਇਹੋ ਕਹਿਣਾ ਚਾਹਾਂਗੇ ਇਹਦਾ ਕੋਈ ਛੱਪੜ ਦਾ ਹੱਲ ਕਰਨ ਚਾਹੇ ਗਲੀ ਨਾਲੀ ਦਾ ਹੱਲ ਕਰਨ। ਸਰਕਾਰਾਂ ਦਾਅਵੇ ਤਾਂ ਬਹੁਤ ਕਰਦੇ ਭਾਜੀ, ਬਹੁਤ ਕੀਤਾ। ਕੋਈ ਜਿਹੜਾ ਮੰਤਰੀ ਆ ਜਾਂਦਾ ਸਾਰੇ ਕਹਿ ਦਿੰਦੇ ਕਰਾਂਗੇ ਕਰਕੇ ਕੋਈ ਨਹੀਂ ਆਉਂਦਾ ਭਾਜੀ। ਆ ਹੁਣ ਝਾੜੂ ਵਾਲਿਆਂ ਨੇ ਕੀ ਕੀਤਾ? ਕੁਛ ਨਹੀਂ ਕੀਤਾ ਇਹਨਾਂ ਨੇ, ਬਾਕੀ ਆ ਛੱਡਦੇ ਕਰਾਂਗੇ ਬਸ। ਇੱਕ ਵਾਰੀ ਉਹ ਜਿਹੜਾ ਸਰਪੰਚ ਆ ਉਹਨੇ ਪਾਣੀ ਜਿਹਾ ਕਢਾਇਆ ਹੈ ਮਾੜਾ ਜਿਹਾ, ਬਾਕੀ ਕੋਈ ਹੱਲ ਨਹੀਂ ਹੈ ਹਮਾਰਾ। ਵਾਹ ਵੇਖੋ ਮਹਾਰਾਜ ਤੁਹਾਡੇ ਲਾਗੇ ਜਗ੍ਹਾ ਬਾਬਾ ਰੂ ਜੀ ਦੀ ਮੱਥਾ ਟੇਕਣ ਆਈ ਦਾ ਤੇ ਭਾਜੀ ਆ ਵੇਖੋ ਡੇਂਗੂ ਦੇ ਅੱਗੇ ਬੜਾ ਫੈਲਿਆ ਤੇ ਕੀ ਕਰੇ ਬੰਦਾ। ਤੇ ਇਹਦੇ ਸੰਬੰਧ ਚ ਕਦੇ ਤੁਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਦੇ ਭਾਜੀ ਇਹਦੇ ਸਰਕਾਰ ਹੀ ਕਰ ਸਕਦੀ ਹੈ ਭਾਜੀ। ਬੜਿਆਂ ਨੂੰ ਕਿਹਾ, ਇੱਕ ਨੂੰ ਕਿਹਾ ਭਾਜੀ ਰੋਲਾ ਇੱਕ ਹੀ ਪਾਇਆ, ਬੜੀਆਂ ਹੀ ਪਾਇਆ। ਹੁਣ ਕੀ ਮੰਗਿਆ ਤੁਹਾਡੀ ਸਰਕਾਰ ਤੋਂ? ਹੁਣ ਇਹੋ ਮੰਗਿਆ ਭਾਜੀ ਛੱਪੜ ਸਾਫ਼ ਹੋ ਜਾਏ ਤੇ ਚਾਹੇ ਫਿਰ ਡੇਂਗੂ ਦਾ ਜਿਹੜਾ ਡੇਂਗੂ ਦਾ ਛੱਪੜ ਦਾ ਵਿਕਾਸ ਹੋ ਜਾਏ। ਪਾਣੀ ਦਾ ਮਸਲਾ ਇਹ ਜੇ ਵੀ ਲੋਕਾਂ ਨੇ ਸਰਮਸੀਵਾਲ ਪੰਪ ਜਿਹੜੇ ਆ ਘਰ ਘਰ ਲਗਵਾਏ ਨੇ ਤੇ ਉਹ ਜ਼ਿਆਦਾ ਹੁਣ ਛੱਡਦੇ ਨੇ, ਓਵਰਫਲੋ ਹੋ ਰਿਹਾ ਵਾ। 2-3 ਵਾਰੀ ਤਾਂ ਅਸੀਂ ਕਢਵਾਇਆ ਵੀ ਆ ਪਰ ਹੁਣ ਫਿਰ ਜ਼ਿਆਦਾ ਹੋਇਆ ਪਾਣੀ। ਇਹ ਹੁਣ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜਿਹੜੇ ਲੋਕ ਨੇ ਇਹ ਥੋੜ੍ਹਾ ਆਪਣਾ ਸੰਭਲ ਕੇ ਪਾਣੀ ਵਰਤਣ। ਪਾਣੀ ਤਾਂ ਵੈਸੇ ਵੀ ਜ਼ਿਆਦਾ ਨਹੀਂ ਵਰਤਣਾ ਚਾਹੀਦਾ ਜਿੰਨਾ ਲੋਕ ਮਤਲਬ ਅਵਾਰਾ ਹੀ ਪਾਣੀ ਛੱਡਦੇ ਨੇ। ਹੁਣ ਫਿਰ ਅਸੀਂ ਕਣਕਾਂ ਵੱਢਣ 'ਤੇ ਪਾਣੀ ਨੂੰ ਕਢਵਾਵਾਂਗੇ। ਇਹਦੇ ਨਾਲ ਕਾਫੀ ਬੱਚਿਆਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ, ਬੱਚੇ ਵਿਚਾਰੇ ਪੈਲ ਨਹੀਂ ਨੱਕ ਜਾ ਰਹੇ, ਉਹਨਾਂ ਦੇ ਪੈਲ ਕਰ ਰਹੇ ਨੇ। ਹਾਂਜੀ ਤੇ ਸਰਕਾਰ ਨੂੰ ਕੋਈ ਨਾ ਕੋਈ ਇਹਨਾਂ ਨਾਲ ਹੱਲ ਕਰਨਾ। ਹਾਂਜੀ ਸਰਕਾਰ ਨੂੰ ਵੀ ਸਾਡਾ ਸਹਿਯੋਗ ਦੇਣਾ ਚਾਹੀਦਾ ਵਾ ਕਿ ਇਹ ਥੋੜਾ ਪਾਣੀ ਦਾ ਨਿਕਾਸ ਹੋ ਜੇ ਤੇ ਬੱਚਿਆਂ ਦਾ ਵੀ ਭਲਾ ਹੋ ਜੇ। ਜਿਹੜੇ ਸਕੂਲ ਵਿਚਾਰੇ ਜਾਂਦੇ ਨੇ ਉਹ ਵੀ ਪਾਣੀ ਸਾਰਾ ਪੈਰ ਡੁੱਬੇ ਹੁੰਦੇ ਵਿਚਾਰਿਆਂ ਦੇ, ਘਰੋਂ ਤਿਆਰ ਹੋ ਕੇ ਆਉਂਦੇ ਨੇ ਤੇ ਪੈਰ ਡੁੱਬੇ ਹੁੰਦੇ ਨੇ ਪਾਣੀ ਦੇ ਵਿੱਚ ਤੇ ਬਹੁਤ ਗੰਦ ਪਸਾਣੀ ਲੰਘ ਕੇ ਜਾ ਰਹੇ ਨੇ।